ਚਾਵਲਾਂ ਨੂੰ ਰਾਤ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ, ਸਵੇਰੇ ਉਹਦੇ ਨਾਲ ਫੇਸ ਵਾਸ਼ ਕਰੋ, ਕਿੰਨਾ ਵਧੀਆ, ਕੋਈ ਵੀ ਫੇਸ ਵਾਸ਼ ਉਹਦੇ ਮੁਕਾਬਲੇ ਕੰਮ ਨਹੀਂ ਕਰਦਾ। ਤਾਂ ਅਸੀਂ ਚਾਵਲ ਦੇ ਮਾਧਿਅਮ ਤੋਂ ਨਾ ਫਿਰ ਇੱਕ ਪ੍ਰੋਡਕਟ ਬਣਾਇਆ, ਤਾਂ ਉਹਦੇ 'ਚ ਫਿਰ ਅਸੀਂ ਚਾਵਲ ਦੀ ਰਾਈਸ ਤੋਂ ਅਸੀਂ ਲਿਆ, ਦੇਖੋ ਸਭ ਤੋਂ ਪਹਿਲਾਂ ਇਹਦੇ 'ਚ ਫਿਰ ਅਸੀਂ ਸਭ ਤੋਂ ਪਹਿਲਾਂ ਮਸਾਜ ਕਰੀਮ ਬਣਾਈ, ਇਹ ਰਾਈਸ ਤੋਂ ਬਣੀ ਹੈ ਰੁਬਾਂਜਲੀ ਮਸਾਜ ਕਰੀਮ। ਇਹ ਜਿਹੜੀ ਕਰੀਮ ਹੈ ਇਹਨੂੰ ਜੇ ਤੁਸੀਂ ਸੱਚ ਪੁੱਛੋ ਤਾਂ ਲਗਾਉਣ ਸਾਰ ਹੀ ਪਤਾ ਲੱਗਦਾ ਕਿ ਚਿਹਰੇ 'ਤੇ ਕੁਛ ਲੱਗਿਆ, ਮਤਲਬ ਆਹ ਚੀਜ਼ ਇਹ ਗਲੋ ਕਰ ਜਾਂਦੀ ਆ। ਇਹਦੇ ਵਿੱਚ ਅਸੀਂ ਬਣਾਇਆ ਫੇਸ ਪੈਕ, ਫਿਰ ਇਹਦਾ ਬਣਿਆ ਰਾਈਸ ਦੇ ਵਿੱਚ ਹੀ ਬਣਿਆ ਰਾਈਸ ਦਾ ਐਲੋਵੀਰਾ ਕਰੀਮ, ਅਤੇ ਇੱਕ ਇਹਦੇ ਵਿੱਚ ਬਣਿਆ ਮਸਾਜ ਜੈੱਲ, ਫਿਰ ਇਹਦੇ 'ਚ ਅਸੀਂ ਬਣਾਇਆ ਇੱਕ ਚੋਕਲੇਟ, ਇਹ ਚੋਕਲੇਟ ਸਕ੍ਰੱਬ ਹੈ। ਇਹਦਾ ਇੰਨਾ ਵਧੀਆ ਰਿਜ਼ਲਟ ਆਉਂਦਾ, ਮਤਲਬ ਹਫ਼ਤੇ 10 ਦਿਨ 'ਚ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਥੈਂਕ ਯੂ ਆ ਜਾਂਦਾ ਇਹ ਫੇਸ਼ੀਅਲ ਕਰਨਾ, ਹਫ਼ਤੇ 'ਚ ਇੱਕ ਵਾਰੀ ਕਰਨਾ। ਫੇਸ਼ੀਅਲ ਦਾ ਇਸ ਤਰ੍ਹਾਂ ਇਹ ਨਾ, ਇੱਕ ਤਾਂ ਹੁੰਦਾ ਜਿਵੇਂ ਕਿੱਲ ਛਾਈਆਂ ਨੇ, ਉਹ ਤਾਂ ਅਲੱਗ ਚੀਜ਼ ਹੋ ਜਾਂਦੀ ਹੈ, ਉਹਦੇ ਲਈ ਤਾਂ ਖਾਣ ਵਾਲੀਆਂ ਦਵਾਈਆਂ ਦਿੰਦੇ ਹਾਂ ਆਪਾਂ, ਪਰ ਜਿਹੜਾ ਫੇਸ਼ੀਅਲ ਆ ਨਾ ਇਹ ਅਸੀਂ ਉਹਦੇ ਲਈ ਦਿੱਤਾ ਜਿਨ੍ਹਾਂ ਨੂੰ ਛਾਈਆਂ ਪੈ ਜਾਂਦੀਆਂ ਨੇ, ਛਿੰਬ ਚਿਹਰੇ 'ਤੇ ਦਾਗ, ਮਤਲਬ ਬੰਦੇ ਨੂੰ ਆਪਦਾ ਚਿਹਰਾ ਆਪ ਹੀ ਬੁਰਾ ਲੱਗਣ ਲੱਗ ਜਾਂਦਾ। ਕਈ ਵਾਰੀ ਤਾਂ ਲੇਡੀਜ਼ ਵਿਚਾਰੀਆਂ ਰੋ ਪੈਂਦੀਆਂ ਮੇਰੇ ਕੋਲ ਆ ਕੇ ਕਿ ਵੀਰੇ ਪਤਾ ਨਹੀਂ ਲੱਗਦਾ ਵੀ ਕਦੋਂ, ਇੰਨੇ ਡਾਰਕ ਵੀ ਹੋ ਜਾਂਦੇ ਆ ਜਦੋਂ ਪੀਰੀਅਡ ਆਉਂਦੇ ਆ, ਕਹਿੰਦੇ ਉਦੋਂ ਤਾਂ ਬਹੁਤ ਜ਼ਿਆਦਾ ਡਾਰਕ ਹੋ ਜਾਂਦੇ ਆ, ਵੀ ਮਤਲਬ ਕੋਈ ਵਿਆਹ ਸ਼ਾਦੀ ਦਾ ਕਾਰਡ ਆ ਜੇ ਸਾਨੂੰ ਤਾਂ ਪਹਿਲਾਂ ਆਹੀ ਵਿਵਸਥਾ ਪੈ ਜਾਂਦੀ ਹੈ ਵੀ ਕਿੱਦਾਂ ਜਾਵਾਂਗੇ ਇੱਥੇ, ਤਾਂ ਕਿਉਂਕਿ ਇੱਕ ਟੋਕ ਟਕਾਈ ਬਹੁਤ ਆ, ਊਈਂ ਜਣਾ ਖਣਾ ਟੋਕੀ ਜਾਂਦਾ ਵੀ ਆਹ ਕੀ ਹੋ ਗਿਆ ਤੈਨੂੰ, ਨਹੀਂ ਭੈਣੇ ਤੂੰ ਤਾਂ ਬੀਤ ਗਈ, ਕੀ ਹੋ ਗਿਆ, ਤੂੰ ਤਾਂ ਭਲੀ ਚੰਗੀ, ਐਂ ਬਹੁਤ ਕੁਛ ਸੁਣਨਾ ਪੈਂਦਾ, ਜਦਕਿ ਉਹਦਾ ਆਪਦਾ ਕਸੂਰ ਕੋਈ ਨਹੀਂ ਹੁੰਦਾ, ਇਹ ਹੈ ਸਿਰਫ ਇੰਟਰਨਲ ਇੱਕ ਵੀਕਨੈਸ ਆ। ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇੰਟਰਨਲ ਇੱਕ ਵੀਕਨੈਸ ਆ ਜਿਨ੍ਹਾਂ ਦੇ ਵਿੱਚ ਅਨੀਮੀਆ, ਜਲ ਕਹਿ ਲਓ ਖੂਨ ਘੱਟ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਕਈਆਂ ਨੂੰ ਮੈਨੋਪੋਜ਼ ਹੋ ਜਾਂਦਾ ਕੁੜੀ ਲੇਡੀਜ਼ ਨੂੰ, ਜਿਨ੍ਹਾਂ ਨੂੰ ਮਤਲਬ ਕਿ ਪੀਰੀਅਡ ਬੰਦ ਹੋ ਗਏ 40-45 ਸਾਲ ਦੀ ਉਮਰ 'ਚ, ਤਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਫੇਸ ਹੋ ਜਾਂਦੀਆਂ ਨੇ, ਕਰਨੀਆਂ ਪੈਂਦੀਆਂ ਨੇ, ਤਾਂ ਕਈ ਹੋਰ ਬਹੁਤ ਸਾਰੀਆਂ ਪ੍ਰੋਬਲਮ ਇਸ ਕਰਕੇ ਆਉਂਦੀਆਂ ਨੇ ਜਿਨ੍ਹਾਂ ਦਾ ਚਿਹਰੇ ਦੇ ਉੱਤੇ ਆ ਜਾਣਾ ਸੁਭਾਵਿਕ ਹੁੰਦਾ। ਤਾਂ ਉਹਦੇ ਵਾਸਤੇ ਸਾਨੂੰ ਲੋੜ ਪਈ, ਜਿਵੇਂ ਅਸੀਂ ਬਹੁਤ ਸਾਰਾ ਕੁਝ ਦੇਖਿਆ, ਬੜੇ ਅਸੀਂ ਪਾਰਲਰ ਵਗੈਰਾ, ਬੜੇ ਪਾਰਲਰ ਵਾਲਿਆਂ ਨਾਲ ਵੀ ਡਿਸਕਸ ਕੀਤੀ, ਹੋਰ ਵੀ, ਜਦੋਂ ਅਸੀਂ ਇੱਕ ਚੀਜ਼ ਦੇਖੀ ਕਿ ਚਾਵਲ ਦਾ ਬੜਾ ਵੱਡਾ ਰੋਲ ਹੈ ਇਹਦੇ ਵਿੱਚ। ਤੁਸੀਂ ਦੇਖਿਓ ਕਦੇ ਵੀ ਚਾਵਲਾਂ ਨੂੰ ਰਾਤ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ, ਸਵੇਰੇ ਉਹਦੇ ਨਾਲ ਫੇਸ ਵਾਸ਼ ਕਰੋ, ਕਿੰਨਾ ਵਧੀਆ, ਕੋਈ ਵੀ ਫੇਸ ਵਾਸ਼ ਉਹਦੇ ਮੁਕਾਬਲੇ ਕੰਮ ਨਹੀਂ ਕਰਦਾ। ਤਾਂ ਅਸੀਂ ਚਾਵਲ ਦੇ ਮਾਧਿਅਮ ਤੋਂ ਨਾ ਫਿਰ ਇੱਕ ਪ੍ਰੋਡਕਟ ਬਣਾਇਆ, ਮਾਰਕੀਟ 'ਚ ਹੋਰ ਬਹੁਤ ਕੰਪਨੀਆਂ ਬਣਾਉਂਦੀਆਂ ਨੇ, ਇਹ ਨਹੀਂ ਹੈ ਕਿ ਤੁਹਾਡਾ ਭਰਾ ਸੁਭਾਸ਼ ਗੋਇਲ ਹੀ ਬਣਾਉਂਦਾ ਇਕੱਲਾ, ਬਸ ਸੁਭਾਸ਼ ਗੋਇਲ ਦਾ ਇੱਕੋ ਹੀ ਆਦਤ ਆ ਵੀ ਉਹ ਬਣਾਉਂਦਾ ਪੂਰੀ ਰੀਝ ਨਾਲ ਆ। ਜਦੋਂ ਵੀ ਬਣਦਾ ਸਾਡਾ 1000 ਪੀਸ ਦਾ ਲੋਟ ਬਣਦਾ, ਅਸੀਂ ਇਹ ਤੋਂ ਵੱਧ ਬਣਾਉਂਦੇ ਨਹੀਂ, ਕਿਉਂਕਿ ਲੱਖਾਂ ਦਾ ਲੋਟ ਬਣਾਵਾਂਗੇ ਤਾਂ ਫਿਰ ਉਹ ਗੜਬੜੀ ਹੁੰਦੀ ਆ। 1000 ਕੁ ਪੀਸ ਦਾ ਲੋਟ ਬਣਾਉਂਦੇ ਹਾਂ, ਸਾਡਾ ਹਫ਼ਤੇ 10 ਦਿਨ 'ਚੋਂ ਨਿਕਲਦਾ ਅਤੇ ਅਸੀਂ ਫਿਰ ਬਣਾ ਲੈਂਦੇ ਹਾਂ, ਕੋਈ ਪਰੇਸ਼ਾਨੀ ਨਹੀਂ, ਬਣੀ ਜਾਂਦਾ, ਵੈਦ ਹੈਗੇ ਆਪਣੇ ਸਾਰੇ। ਤਾਂ ਉਹਦੇ 'ਚ ਫਿਰ ਅਸੀਂ ਚਾਵਲ ਦੀ ਰਾਈਸ ਤੋਂ ਅਸੀਂ ਲਿਆ, ਦੇਖੋ ਸਭ ਤੋਂ ਪਹਿਲਾਂ ਨੰਬਰ 1 ਤਾਂ ਅਸੀਂ ਇਹਦੇ 'ਤੇ ਮਿਲਕ ਵਾਸ਼ ਬਣਾਇਆ, ਜਿਹਨੂੰ ਚਾਵਲ ਦਾ ਰਾਈਸ ਦਿੱਤਾ ਉਹ ਤੁਹਾਨੂੰ ਦਿਆਂਗੇ, ਉਹਨੂੰ ਫੇਸ 'ਤੇ ਰਬ ਕਰੋ ਅਤੇ ਉਹਦੇ ਨਾਲ ਉਸ ਤੋਂ ਬਾਅਦ ਫੇਸ ਨੂੰ ਵਾਸ਼ ਕਰੋ, ਫਿਰ ਤੁਸੀਂ ਫੇਸ ਦੇ ਉੱਤੇ ਉਹ ਫੇਸ਼ੀਅਲ ਲਗਾਉਣਾ, ਜਿਹੜਾ ਸਾਡਾ ਰੁਪਾਂਜਲੀ ਲੋਸ਼ਨ ਹੈ ਉਹਨੂੰ ਲਗਾ ਕੇ ਤੁਸੀਂ ਫੇਸ ਨੂੰ ਵਾਸ਼ ਕਰਨਾ, ਉਹ ਸਾਰਾ ਤਰੀਕਾ ਉਹਦੇ ਵਿੱਚ ਲਿਖਿਆ ਹੁੰਦਾ ਡੱਬੇ ਦੇ ਵਿੱਚ। ਅਤੇ ਕਿਉਂਕਿ ਜ਼ਿਆਦਾ ਲੰਬਾ ਹੋ ਜੂਗਾ ਵੀਡੀਓ, ਪਰ ਬਾਕੀ ਗੱਲ ਬਿਊਟੀ ਦੀ ਹੈ, ਬਿਊਟੀ ਦੀ ਗੱਲ ਤਾਂ ਆਪਾਂ ਘੰਟਾ ਵੀ ਕਰ ਸਕਦੇ ਹਾਂ, ਤੁਸੀਂ ਸੁਣ ਵੀ ਸਕਦੇ ਹੋ ਕਿਉਂਕਿ ਆਪਣੀ ਜ਼ਰੂਰਤ ਹੈ ਸਾਰਿਆਂ ਦੀ। ਅਤੇ ਇਹਦੇ 'ਚ ਫਿਰ ਅਸੀਂ ਸਭ ਤੋਂ ਪਹਿਲਾਂ ਮਸਾਜ ਕਰੀਮ ਬਣਾਈ, ਇਹ ਰਾਈਸ ਤੋਂ ਬਣੀ ਹੈ ਰੁਬਾਂਜਲੀ ਮਸਾਜ ਕਰੀਮ। ਇਹ ਜਿਹੜੀ ਕਰੀਮ ਹੈ
ਇਹਨੂੰ ਜੇ ਤੁਸੀਂ ਸੱਚ ਪੁੱਛੋ ਤਾਂ ਲਗਾਉਣ ਸਾਰ ਹੀ ਪਤਾ ਲੱਗਦਾ ਕਿ ਚਿਹਰੇ 'ਤੇ ਕੁਛ ਲੱਗਿਆ, ਮਤਲਬ ਆਹ ਚੀਜ਼ ਇਹ ਗਲੋ ਕਰ ਜਾਂਦੀ ਆ। ਅਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਬਣਾਇਆ ਫੇਸ ਪੈਕ, ਫਿਰ ਇਹਦਾ ਬਣਿਆ ਰਾਈਸ ਦੇ ਵਿੱਚ ਹੀ ਬਣਿਆ ਰਾਈਸ ਦਾ ਐਲੋਵੀਰਾ ਕਰੀਮ, ਅਤੇ ਇੱਕ ਇਹਦੇ ਵਿੱਚ ਬਣਿਆ ਮਸਾਜ ਜੈੱਲ, ਫਿਰ ਇਹਦੇ 'ਚ ਅਸੀਂ ਬਣਾਇਆ ਇੱਕ ਚੋਕਲੇਟ, ਇਹ ਵੀ ਫੇਸ਼ੀਅਲ ਸਕ੍ਰੱਬ ਹੈ ਜੀ, ਇਹ ਚੋਕਲੇਟ ਸਕ੍ਰੱਬ ਹੈ। ਮਤਲਬ ਦੋ ਚੀਜ਼ਾਂ ਅਸੀਂ ਲੱਗ ਦਿੱਤੀਆਂ, ਚਾਰ ਚੀਜ਼ਾਂ ਅਸੀਂ ਰਾਈਸ ਤੋਂ ਦਿੱਤੀਆਂ, ਇੱਕ ਮਸਾਜ ਕਰੀਮ ਰਾਈਸ ਵਾਲਾ, ਅਤੇ ਇੱਕ ਗੋਲਡ ਵਾਲਾ ਜੈੱਲ ਮਸਾਜ, ਅਤੇ ਇੱਕ ਅਸੀਂ ਮਸਾਜ ਜੈੱਲ ਦਿੱਤਾ, ਔਰ ਦੂਜਾ ਅਸੀਂ ਦਿੱਤਾ ਰਾਈਸ ਕਲੇ, ਇਹ ਮਾਸਕ ਲੱਗਦਾ ਜੀ ਕਲੇ। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੀ ਇੱਕ ਵਿਧੀ ਆ ਜਿਹੜੀ ਇਹਦੇ ਵਿੱਚ ਪਾਈ ਹੋਈ ਆ, ਔਰ ਇਹਦਾ ਇੰਨਾ ਵਧੀਆ ਰਿਜ਼ਲਟ ਆਉਂਦਾ, ਮਤਲਬ ਹਫ਼ਤੇ 10 ਦਿਨ 'ਚ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਥੈਂਕ ਯੂ ਆ ਜਾਂਦਾ ਇਹਦੇ ਵਾਸਤੇ, ਜਿਹੜੀ ਇਹ ਸਾਡੀ ਕਿੱਟ ਹੈ ਜੀ।